dear students welcome ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਤੁਹਾਡੇ ਜਿਹੜੇ ਫਾਈਨਲ ਪ੍ਰੈਕਟੀਕਲ ਨੇ ਜਨੂਰੀ ਦੇ ਵਿੱਚ ਹੋਣ ਦੀ ਪੋਸਿਬਿਲਟੀ ਹੈ ਜਨੂਰੀ 1st ਵੀਕ ਤੇ ਉਹਦੇ ਲਈ ਤੁਸੀਂ ਆਪਣੇ ਜਿਹੜੇ ਲੈਸਨ ਪਲਾਨ ਨੇ ਉਹ ਚੂਜ਼ ਕਰ ਰਹੇ ਹੋਗੇ ਬਣਾ ਰਹੇ ਹੋਗੇ ਤੇ ਉਹਦੇ ਲਈ ਇੱਕ ਵੀਡੀਓ ਹੈ ਵਿਸ਼ਰਾਮ ਚਿੰਨਾ ਤੇ ਪੰਜਾਬੀ ਦਾ ਟੋਪਿਕ ਹੈ ਸੇਮ ਤੁਸੀਂ ਜਿੱਦਾਂ ਆਪਣੇ ਪਹਿਲਾਂ ਵਾਲੇ ਲੈਸਨ ਪਲਾਨ ਸ਼ੁਰੂ ਕਰਦੇ ਸੀ ਉਹ ਮੈਂ ਹੀ ਸ਼ੁਰੂ ਕਰੋਗੇ ਆਪਣਾ ਰੋਲ ਨੰਬਰ ਬਟ ਇੱਥੇ ਆਪਣਾ ਤੁਸੀਂ ਯੂਨੀਵਰਸਿਟੀ ਰੋਲ ਨੰਬਰ ਲਿਖੋਗੇ ਵਿਸ਼ਾ ਉਪ ਵਿਸ਼ਾ ਜਮਾਤ ਸਮਾਮਿਤੀ ਟੌਪਿਕ ਜਿਹੜਾ ਲਿਆਇਆ ਹੋਇਆ ਹੈ ਵਿਸ਼ਰਾਮ ਚਿੰਨ ਸਧਾਰਨ ਸਮਗਰੀ ਸਧਾਰਨ ਉਦੇਸ਼ ਤੇ ਉਸ ਤੋਂ ਬਾਅਦ ਲਿਖੋਗੇ ਵਿਸ਼ੇਸ਼ ਉਦੇਸ਼ ਵਿਦਿਆਰਥੀਆਂ ਨੂੰ ਵਿਸ਼ਰਾਮ ਚਿੰਨਾਂ ਬਾਰੇ ਜਾਣਕਾਰੀ ਦੇਣਾ ਉਸ ਤੋਂ ਬਾਅਦ ਤੁਸੀਂ ਪੂਰਵ ਗਿਆਨ ਦੀ ਪਰਖ ਕਰਨੀ ਹੈ ਪੂਰਵ ਗਿਆਨ ਦੀ ਪਰਖ ਦੇ ਵਿੱਚ ਤੁਸੀਂ ਦੋ ਕਾਲਮ ਬਣਾ ਕੇ ਇੱਕ ਸਾਈਡ ਕੁਐਸਚਨ ਤੇ ਦੂਸਰੀ ਸਾਈਡ ਆਨਸਰ ਲਿਖਣੇ ਹਨ ਤੇ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ ਕਿ ਤੁਸੀਂ ਜਿਹੜਾ ਤੁਸੀਂ ਕੁਐਸਚਨ ਲਿਖ ਰਹੇ ਹੋ ਜੀ ਮੇਰੇ ਇਥੇ ਕੁਐਸਚਨ ਲਿਖਿਆ ਤਾਂ ਇਹਦੇ ਬਰਾਬਰ ਹੀ ਦਾ ਆਨਸਰ ਆਉਣਾ ਚਾਹੀਦਾ ਤੇ ਪ੍ਰੋਪਰ ਲਿਖਿਆ ਹੋਣਾ ਚਾਹੀਦਾ ਕਿ ਉੱਤਰ ਤੁਸੀਂ ਦੇਖ ਰਹੇ ਹੋ ਇਸ ਵੀਡੀਓ ਦੇ ਵਿੱਚ ਵਧੀਆ ਤਰੀਕੇ ਨਾਲ ਜਿਹੜੀ ਪੀਕੇ ਟੈਸਟਿੰਗ ਦੇ ਕੁਐਸਚਨ ਆਨਸਰ ਨੇ ਉਹ ਲਿਖੇ ਗਏ ਨੇ ਫਿਰ ਉਸ ਤੋਂ ਬਾਅਦ ਤੁਸੀਂ ਕਰਨੀ ਹੈ ਉਪ ਵਿਸ਼ੇ ਦੀ ਕੋਸ਼ਨਾ ਮੀਨਸ ਆਪਣਾ ਜਿਹੜਾ ਟਾਪਿਕ ਹੈ ਉਹ ਅਨਾਉਂਸ ਕਰਨਾ ਹੈ ਨੈਕਸਟ ਪੇਜ ਤੇ ਤੁਸੀਂ ਉਦਾਂ ਹੀ ਚਾਰ ਕਾਲਮ ਬਣਾ ਕੇ ਆਪਣਾ ਜਿਹੜਾ ਲੈਸਨ ਪਲਾਨ ਕੰਟੀਨਿਊ ਕਰ ਲੈਣਾ ਹੈ ਪਹਿਲੇ ਪੇਜ ਤੇ ਤੁਸੀਂ ਵਿਸ਼ਾ ਵਸਤੂ ਤੇ ਵਿਦਿਆਰਥੀ ਅਧਿਆਪਕੀਆਂ ਨਾਲ ਸੰਬੰਧਿਤ ਦੋ ਕਾਲਮ ਬਣਾਉਂਗੇ ਤੁਸੀਂ ਦੇਖ ਰਹੇ ਹੋ ਦੋ ਕਾਲਮ ਤੇ ਪਹਿਲਾ ਇਹਦੇ ਵਿੱਚ ਲਿਖਿਆ ਵਿਸ਼ਰਾਮ ਚਿੰਨ ਦਾ ਅਰਥ ਹੈ ਤੁਸੀਂ ਵਿਸ਼ਰਾਮ ਚਿੰਨ ਦਾ ਇੱਥੇ ਅਰਥ ਲਿਖੋਗੇ ਵਿਦਿਆਰਥੀ ਅਧਿਆਪਕਾ ਵਿਦਿਆਰਥੀ ਨੂੰ ਵਿਸ਼ਰਾਮ ਚਿੰਨਨ ਦਾ ਅਰਥ ਸਮਝਾਏਗੀ ਤੇ ਉਸ ਤੋਂ ਅੱਗੇ ਜਿਹੜੇ ਵਿਸ਼ਰਾਮ ਚਿੰਨ ਨੇ ਉਹਨਾਂ ਬਾਰੇ ਲਿਖਿਆ ਗਿਆ ਜਿਵੇਂ ਕਿ ਸਭ ਤੋਂ ਪਹਿਲਾਂ ਡੰਡੀ ਫਿਰ ਪ੍ਰਸ਼ਨ ਚਿੰਨ ਬਾਰੇ ਲਿਖਿਆ ਗਿਆ ਤੇ ਨਾਲ ਨਾਲ ਲਿਖਿਆ ਵਿਦਿਆਰਥੀ ਅਧਿਆਪਕਾ ਵਿਦਿਆਰਥੀ ਨੂੰ ਡੰਡੀ ਪ੍ਰਸ਼ਨ ਚਿੰਨ ਅਤੇ ਵਿਸਮਕ ਚਿੰਨ ਆਦਿ ਬਾਰੇ ਬਲੈਕਬੋਰਡ ਤੇ ਲਿਖ ਕੇ ਸਮਝਾਏਗੀ ਉਸ ਬਾਅਦ ਹੈ ਵਿਸ਼ਰਾਮ ਸੌਰੀ ਵਿਸਮਿਕ ਚਿੰਨ ਤੇ ਨਾਲ ਨਾਲ ਤੁਸੀਂ ਇਹਨਾਂ ਦੀ ਜਿਹੜੀਆਂ ਉਦਾਹਰਨਾਂ ਨੇ ਉਹ ਵੀ ਜ਼ਰੂਰ ਲਿਖਣੀਆਂ ਨੇ ਤੀਸਰਾ ਤੇ ਚੌਥਾ ਕਾਲਮ ਦੇਖ ਰਹੇ ਹੋ ਵਿਦਿਆਰਥੀ ਕਿਰੇ ਤੇ ਬਲੈਕਬੋਰਡ ਵਿਦਿਆਰਥੀ ਧਿਆਨ ਨਾਲ ਸੁਣਨਗੇ ਤੇ ਇਧਰ ਬਲੈਕਬੋਰਡ ਦੇ ਉੱਪਰ ਵਿਸ਼ਰਾਮ ਚਿੰਨਾਂ ਦਾ ਅਰਥ ਲਿਖਿਆ ਗਿਆ ਤੇ ਫਿਰ ਜਿਹੜੇ ਵਿਸ਼ਰਾਮ ਚਿੰਨ ਨੇ ਉਹਨਾਂ 'ਤੇ ਲਿਖਿਆ ਗਿਆ ਜਿਵੇਂ ਕਿ ਡੰਡੀ ਇਹਨੂੰ ਕਿੱਥੇ ਲਗਾਇਆ ਜਾਂਦਾ ਹੈ ਪ੍ਰਸ਼ਨ ਚਿੰਨ ਇਦਰਾ ਵਿਦਿਆਰਥੀ ਧਿਆਨ ਨਾਲ ਸੁਣਨਗੇ ਅਤੇ ਨੋਟ ਕਰਨਗੇ ਜੇ ਕੋਈ ਪ੍ਰਸ਼ਨ ਪੁੱਛਿਆ ਜਾਏਗਾ ਤਾਂ ਉੱਥੇ ਲਿਖਿਓਗੇ ਤੁਸੀਂ ਵਿਦਿਆਰਥੀ ਧਿਆਨ ਨਾਲ ਉੱਤਰ ਦੇਣਗੇ ਅਤੇ ਧਿਆਨ ਨਾਲ ਸੁਣਨਗੇ ਨੈਕਸਟ ਪੇਜ ਤੇ ਫਿਰ ਤੁਸੀਂ ਆਪਣਾ ਜਿਹੜਾ ਲੈਸਨ ਪਲਾਨ ਹੈ ਕੰਟੀਨਿਊ ਕਰ ਲੈਣਾ ਉਸ ਤਰੀਕੇ ਨਾਲ ਹੀ ਜਿਹੜੇ ਚਾਰ ਕਾਲਮ ਨੇ ਬਣਾਉਣੇ ਆ ਵਿਸ਼ਾ ਵਸਤੂ ਵਿਦਿਆਰਥੀ ਦੀਆਂ ਕਿਰਿਆ ਹੁਣ ਵਿਸ਼ਾ ਵਸਤੂ ਦੇ ਇੱਥੇ ਲਿਖਿਆ ਕਿ ਕਾਮਾ ਕੀ ਹੁੰਦਾ ਹੈ ਨਾਲੇ ਨੂੰ ਡਿਫਾਈਨ ਵੀ ਕਰਨਾ ਹੈ ਤੇ ਇਹਦੇ ਨਾਲ ਨਾਲ ਉਦਾਹਰਨਾਂ ਵੀ ਲਿਖਣੀ ਹੈ ਵਿਦਿਆਰਥੀ ਅਧਿਆਪਕਾ ਵਿਦਿਆਰਥੀਆਂ ਨੂੰ ਉਦਾਹਰਨ ਦੇ ਨਾਲ ਨਾਲ ਵਿਸ਼ਰਾਮ ਜਿੰਨਾਂ ਦੇ ਪ੍ਰਯੋਗ ਬਾਰੇ ਵੀ ਦੱਸੇਗਾ ਤੇ ਅੱਗੇ ਹੈ ਦੁਬਿੰਦੀ ਦੁਬਿੰਦੀ ਕੀ ਹੁੰਦੀ ਹੈ ਕਿ ਇਹਨੂੰ ਕਿੱਥੇ ਵਰਤਿਆ ਜਾਂਦਾ ਹੈ ਉਦਾਹਰਨ ਸਹਿਤ ਸਮਝਾਇਆ ਗਿਆ ਫਿਰ ਉਸ ਤੋਂ ਬਾਅਦ ਡੈਸ਼ ਫਿਰ ਬਿੰਦੀ ਤੇ ਨਾਲ ਇੱਥੇ ਹੈ ਵਿਦਿਆਰਥੀ ਤੇ ਅਧਿਆਪਕਾ ਵਿਦਿਆਰਥੀਆਂ ਨੂੰ ਵਿਸ਼ਰਾਮ ਜਿੰਨਾਂ ਬਾਰੇ ਬਲੈਕ ਸੌਰੀ ਬਲੈਕਬੋਰਡ ਤੇ ਵੀ ਲਿਖੇਗੀ ਤੇ ਨਾਲ-ਨਾਲ ਮਾਡਲ ਤੋਂ ਦੇਖ ਕੇ ਸਮਝਾਏਗੀ ਤੀਸਰਾ ਤੇ ਚੌਥਾ ਕਾਲਮ ਦੇਖ ਰਹੀ ਹਾਂ ਵਿਦਿਆਰਥੀ ਧਿਆਨ ਨਾਲ ਸੁਣਨਗੇ ਤੇ ਨਾਲ-ਨਾਲ ਬਲੈਕਬੋਰਡ ਵਾਲਾ ਤੁਸੀਂ ਵਰਕ ਦੇਖ ਰਹੇ ਹੋ ਸਿਰਫ ਜਿਹੜੀਆਂ ਇੰਪੋਰਟੈਂਟ ਗੱਲਾਂ ਨੇ ਜਾਂ ਤੁਸੀਂ ਸਿਰਫ ਉਦਾਹਰਨਾਂ ਨੇ ਉਹਦੇ ਅਕੋਰਡਿੰਗ ਹੀ ਲਿਖੋਗੇ ਬਹੁਤਾ ਜਿਆਦਾ ਬਲੈਕਬੋਰਡ ਦੇ ਉੱਪਰ ਐਕਸਪਲੇਨ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਇਹ ਲੈਸਨ ਪਲਾਨ ਤੁਹਾਨੂੰ ਪਹਿਲਾਂ ਉਸ ਅਸੀਂ ਵੀ ਥੋੜਾ ਵੱਡਾ ਹੁੰਦਾ ਇਸ ਕਰਕੇ ਇਹ ਕਈ ਪੇजेस ਦੇ ਉੱਪਰ ਆਏਗਾ ਫਿਰ ਇਹ ਵਿਸ਼ਾ ਵਸਤੂ ਵਿਦਿਆਰਥੀ ਦੀਆਂ ਕਿਰਿਆ ਇਹਦੇ ਵਿੱਚ ਅਸੀਂ ਗੱਲ ਕਰਾਂਗੇ ਦੁਬਿੰਦੀ ਡੈਸ਼ ਕੀ ਹੁੰਦੀ ਹੈ ਦੁਬਿੰਦੀ ਡੈਸ਼ ਲਿਖਣ ਤੋਂ ਬਾਅਦ ਨਾਲ ਆਈ ਦੀ ਉਦਾਹਰਨਾਂ ਵੀ ਲਿਖਣੀਆਂ ਵਿਦਿਆਰਥੀ ਦੀਆਂ ਵਿਦਿਆਰਥੀਆਂ ਨੂੰ ਸ਼੍ਰੀ ਰਾਮ ਜੀ ਨਾਲ ਬਾਰੇ ਇੱਥੇ ਤੁਸੀਂ ਲਿਖ ਸਕਦੇ ਹੋ ਕਿ ਮਾਡਲ ਦੀ ਮਦਦ ਦੇ ਨਾਲ ਸਮਝਾਈ ਗਈ ਜੇਕਰ ਤੁਹਾਡੇ ਕੋਲ ਕੋਈ ਪੀਪੀਟੀ ਵਗੈਰਾ ਤਾਂ ਤੁਸੀਂ ਉਹ ਇੱਥੇ ਮੈਂਸ਼ਨ ਕਰ ਸਕਦੇ ਹੋ ਹਾਫ ਚੈਪਟਰ ਕੰਪਲੀਟ ਹੋਣ ਤੋਂ ਬਾਅਦ ਤੁਸੀਂ ਜਿਹੜੀ ਵਿਭਾਗੀ ਦੀ ਹੋਰਾਈ ਹੈ ਉਹ ਕਰਨੀ ਹੈ ਇਹਦੇ ਵਿੱਚ ਤੁਸੀਂ ਸਿਰਫ ਇਕੱਲੇ ਕੁਐਸਚਨ ਲਿਖਣੇ ਆ ਆਨਸਰ ਨਹੀਂ ਲਿਖਣੇ ਤੇ ਇਹਦੇ ਬਰਾਬਰ ਤੁਹਾਨੂੰ ਮੈਂ ਦੇਖ ਰਹੀਆਂ ਜਿਹੜੀ ਸਪੇਸ ਆ ਖਾਲੀ ਪਈ ਹੈ ਇਸ ਕਰਕੇ ਇਕੱਲੇ ਕੁਐਸਚਨ ਹੀ ਲਿਖੋਗੇ ਫਿਰ ਹੈ ਪੁੱਠੇ ਕੰਮ ਹੈ ਅੱਗੇ ਤੁਸੀਂ ਆਪਣਾ ਜਿਹੜਾ ਚੈਪਟਰ ਹੈ ਨੂੰ ਐਸ ਇਟ ਇਜ਼ ਕੰਟੀਨਿਊ ਕਰ ਲੈਣਾ ਚੈਪਟਰ ਕੰਟੀਨਿਊ ਕਰਨ ਤੋਂ ਪਹਿਲਾਂ ਤੁਸੀਂ ਇੱਥੇ ਪਹਿਲਾਂ ਵਿਸ਼ਾ ਵਸਤੂ ਤੇ ਵਿਦਿਆਰਥੀ ਅਧਿਆਪਕੀਰਾ ਵਾਲਾ ਕਾਲਮ ਬਣਾਉਗੇ ਕੋਸ਼ਿਸ਼ ਕਰਿਓ ਕਿ ਜਿਹੜੀ ਵਿਭਾਗੀ ਦੀ ਹੋਰਾਈ ਹੈ ਤੁਹਾਡੀ ਜੇ ਤਾਂ ਬਿਲਕੁਲ ਇੱਥੇ ਸਭ ਤੋਂ ਉੱਪਰ ਆ ਜਾਏ ਤੁਸੀਂ ਇੱਥੇ ਦੁਬਿੰਦੀ ਡੈਸ਼ ਵਾਲਾ ਇੱਥੇ ਸ਼ੁਰੂ ਕਰ ਸਕਦੇ ਹੋ ਵਿਭਾਗੀ ਦੋਹਰਾ ਇੱਥੇ ਕਰ ਸਕਦੇ ਹਾਂ ਵਿਸ਼ਾ ਵਸਤੂ ਵਾਲਾ ਜਿਹੜਾ ਤੁਹਾਡਾ ਕਾਲਮ ਆ ਉਹ ਫਿਰ ਇੱਥੇ ਤੁਹਾਡੇ ਕੋਲ ਨੀਚੇ ਆ ਜਾਏਗਾ ਫਿਰ ਹੈ ਪੁੱਠੇ ਕਾਮੇ ਤੇ ਬ੍ਰੈਕਟ ਨਾਲ ਦਾ ਲਿਖਿਆ ਵੀ ਵਿਦਿਆਰਥੀ ਦਾ ਆਪਕਾ ਵਿਦਿਆਰਥੀਆਂ ਨੂੰ ਇੱਥੇ ਤੁਸੀਂ ਲਿਖੋਗੇ ਮਾਡਲ ਦੀ ਸਹਾਇਤਾ ਨਾਲ ਵਿਸ਼ਰਾਮ ਜਿੰਨਾ ਬਾਰੇ ਸਮਝਾਏਗੀ ਬ੍ਰੈਕਟ ਤੇ ਨਾਲ-ਨਾਲ ਜੋੜਨੀ ਦੇਖ ਰਹੇ ਹੋ ਤੁਸੀਂ ਤੀਸਰਾ ਤੇ ਚੌਥਾ ਕਾਲਮ ਵਿਦਿਆਰਥੀ ਧਿਆਨ ਨਾਲ ਸੁਣਨਗੇ ਤੇ ਬਲੈਕਬੋਰਡ ਦੇ ਉੱਪਰ ਦੁਬਿੰਦੀ ਡੈਸ਼ ਵਿਦਿਆਰਥੀ ਧਿਆਨ ਨਾਲ ਸੁਣਨਗੇ ਅਤੇ ਇਹ ਵੀ ਲਿਖ ਸਰ ਕੋ ਮਾਡਲ ਤੋਂ ਦੇਖ ਕੇ ਧਿਆਨ ਨਾਲ ਸਮਝਣਗੇ ਤੇ ਨਾਲ ਨਾਲ ਤੁਸੀਂ ਇਧਰ ਜਿਹੜਾ ਬਲੈਕਬੋਰਡ ਵਾਲਾ ਵਰਕ ਹੈ ਉਹ ਦੇਖ ਰਹੇ ਹੋ ਇੱਥੇ ਤੁਸੀਂ ਇੱਕ ਵਿਸ਼ਰਾਮ ਚਿੰਨਾ ਦਾ ਚਾਰਟ ਬਣਾ ਕੇ ਵੀ ਲਗਾ ਸਕਦੇ ਹੋ ਜਿੱਥੇ ਬਲੈਕਬੋਰਡ ਵਾਲਾ ਕੰਮ ਹੈ ਕਿਉਂਕਿ ਤੁਸੀਂ ਲੈਸਨ ਨੂੰ ਐਜ਼ ਅ ਮਾਡਲ ਲੈਸਨ ਯੂ ਇਹਦੀ ਵਰਤੋਂ ਕਰਨੀ ਹੈ ਇਸ ਕਰਕੇ ਜਿੱਥੇ ਤੁਸੀਂ ਲਿਖਣਾ ਵੀ ਇੱਧਰ ਚਾਰਟ ਲਗਾਉਗੇ ਤਾਂ ਇੱਧਰ ਤੁਸੀਂ ਲਿਖੋਗੇ ਕਿ ਮਾਡਲ ਦੀ ਸਹਾਇਤਾ ਦੇ ਨਾਲ ਸਮਝਾਏਗੀ ਉਸ ਤੋਂ ਬਾਅਦ ਫਿਰ ਤੁਸੀਂ ਇਹ ਸਬਜੈਕਟ ਮੈਟਰ ਨੂੰ ਉਸ ਤਰੀਕੇ ਨਾਲ ਹੀ ਕੰਟੀਨਿਊ ਕਰਨਾ ਵਿਸ਼ਾ ਵਸਤੂ ਵਿਦાર્થી ਅਧਿਆਪਕ ਰਿਆ ਤੇ ਤੇ ਇਹ ਪਿਛਲਾ ਹੀ ਕੰਟੀਨਿਊ ਕੀਤਾ ਗਿਆ ਹੈ ਜੋੜਨੀ ਵਾਲਾ ਤੇ ਅੱਗੇ ਹੈ ਛਟਮੜੋੜੀ ਤੇ ਵਿਦਿਆਰਥੀ ਅਧਿਆਪਕਾ ਵਿਦਿਆਰਥੀਆਂ ਨੂੰ ਵਿਸ਼ਰਾਮ ਜਿੰਨਾ ਦੀ ਵਰਤੋਂ ਤੇ ਉਹਨਾਂ ਦੇ ਮਹੱਤਵ ਬਾਰੇ ਸਮਝਾਏਗੀ ਇੱਥੇ ਤੁਸੀਂ ਲਿਖ ਸਕਦੇ ਹੋ ਕਿ ਮਾਡਲ ਦੀ ਮਦਦ ਦੇ ਨਾਲ ਸਮਝਾਏਗੀ ਤੇ ਨਾਲ ਨਾਲ ਜਿਹੜੀ ਬਲੈਕਬੋਰਡ ਦੀ ਵਰਤੋਂ ਆ ਵੀ ਬਹੁਤ ਜ਼ਰੂਰੀ ਹੈ ਤੀਸਰਾ ਤੇ ਚੌਥਾ ਕਾਲਮ ਵਿਦਿਆਰਥੀ ਕਿਰਿਆ ਤੇ ਕਾਲੇ ਤਖਤੇ ਦੀ ਵਰਤੋਂ ਵਿਦਿਆਰਥੀ ਧਿਆਨ ਨਾਲ ਸੁਣਨਗੇ ਤੇ ਨੋਟ ਕਰਨਗੇ ਤੇ ਜੇ ਤੁਸੀਂ ਦੇਖ ਰਹੇ ਹੋ ਬਲੈਕਬੋਰਡ ਦਾ ਵਰਕ ਚੈਪਟਰ ਕੰਪਲੀਟ ਹੋਣ ਤੋਂ ਬਾਅਦ ਤੁਸੀਂ ਕਰਨੀ ਹੈ ਅੰਤਿਮ ਦੁਹਰਾਈ ਅੰਤਿਮ ਧੋਹਾਈ ਦੇ ਵਿੱਚ ਤੁਸੀਂ ਸਿਰਫ ਜਿਹੜੇ ਕੁਐਸਚਨ ਨੇ ਉਹ ਬੱਚਿਆਂ ਕੋਲੋਂ ਪੁੱਛਣੇ ਆ ਤੇ ਆਪਣੀ ਨੋਟਬੁੱਕ ਦੇ ਉੱਪਰ ਵੀ ਕੱਲੇ ਜਿਹੜੇ ਕੁਐਸਚਨ ਨੇ ਉਹ ਹੀ ਲਿਖਣੇ ਨੇ ਅੰਤਿਮ ਧੋਹਾਈ ਤੋਂ ਬਾਅਦ ਤੁਸੀਂ ਕਰ ਦੇਣਾ ਹੈ ਬੱਚੇ ਨੂੰ ਘਰ ਦਾ ਕੰਮ ਹੁਣ ਘਰ ਦਾ ਕੰਮ ਤੁਸੀਂ ਆਪਣੇ ਅਕੋਰਡਿੰਗ ਦੋਗੇ ਇਥੇ ਵਿਸ਼ਰਾਮ ਚਿੰਨਾ ਦਾ ਚਾਰਟ ਬਣਾਉਣਾ ਕਿ ਉਦਾਹਰਨਾਂ ਨਾਲ ਜਿਹੜੇ ਵਿਦਿਆਰਥੀ ਨੇ ਉਹ ਘਰ ਤੋਂ ਜਿਹੜਾ ਵਿਸ਼ਰਾਮ ਚਿੰਨਾ ਨਾਲ ਸੰਬੰਧਿਤ ਚਾਰਟ ਬਣਾ ਕੇ ਲੈ ਕੇ ਆਉਣਗੇ ਡੀਅਰ ਸਟੂਡੈਂਟਸ ਮੈਂ ਉਮੀਦ ਕਰਦੀ ਆ ਕਿ ਇਹ ਵੀਡੀਓ ਤੁਹਾਡੇ ਲਈ ਹੈਲਪਫੁਲ ਹੋਣੀ ਆ ਥੈਂਕਸ ਫਾਰ ਵਾਚਿੰਗ ਐਂਡ ਹੈਵ ਅ ਨਾਈਸ ਡੇ